ਸਭ ਤੋਂ ਪਹਿਲੇ ਜਿਹੜੇ ਪਹਿਲੇ ਤਾਂ ਆਫੀਸ਼ੀਅਲ ਪਹਿਲੀ ਗੱਲ, ਸਭ ਤੋਂ ਪਹਿਲੇ ਜਿਹੜੇ ਹਲਕੇ ਦੇ MLA ਜਿਹਦੇ ਸਪੋਰਟ ਨਾਲ, ਜਿਹੜੇ ਲੋਕਾਂ ਨੇ ਬਿਆਨ ਦਿੱਤਾ ਕਿ ਪਰਿਵਾਰਾਂ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀਵ ਮਾਰੇ ਗਏ ਆ, ਉਹਨਾਂ ਨੇ ਬਿਆਨ ਦਿੱਤਾ ਕਿ ਇਸ MLA ਨੇ ਸ਼ਰਾਬ ਪਾਉਂਦਾ ਸੀ, ਉਹਦੇ 'ਤੇ ਪਹਿਲੇ MLA 'ਤੇ ਪਰਚਾ ਹੋਣਾ ਚਾਹੀਦਾ, ਉਹਨੂੰ ਅਰੈਸਟ ਕਰਨਾ ਚਾਹੀਦਾ। ਅਰੈਸਟ ਕਰਨ ਤੋਂ ਬਾਅਦ ਉੱਥੋਂ ਨੈਕਸਸ ਪਤਾ ਕਰਨ ਦੀ ਲੋੜ ਹੈ ਕਿ ਕਿਹੜੇ ਅਫਸਰ ਪੂਰੀ ਸਪੋਰਟ ਸੀ ਅਤੇ ਕਿਹੜੇ ਕਿਹੜੇ ਹੋਰ ਲੋਕ ਇਨਵੋਲਵ ਹੈ। ਇਕੱਲੇ ਤੁਸੀਂ ਜੇ ਸਿਪਾਹੀ ਨੂੰ, ਕਾਂਸਟੇਬਲ ਨੂੰ ਅੰਦਰ ਕਰ ਦੋਗੇ, ਉਹਦੇ ਨਾਲ ਨਹੀਂ ਹੋਣਾ। ਆ ਕਵਰ ਅਪ ਦਾ ਕੋਈ ਫਾਇਦਾ ਨਹੀਂ, ਜਾਨਾਂ ਦੀ ਗੱਲ ਹੈ। ਇਸ ਕਰਕੇ ਸਿੰਸੀਅਰਲੀ ਚਾਹੁੰਦੇ ਹੋ ਤੇ ਜਿਹੜੇ ਪੋਲੀਟੀਕਲ ਲੀਡਰਸ਼ਿਪ ਕਾਂਗਰਸ ਦੀ ਇਨਵੋਲਵ ਹੈ, ਉਹਨਾਂ ਨੂੰ ਹਟ ਕੇ ਅੰਦਰ ਕਰੋ। ਤੁਹਾਡੇ ਵੇਲੇ ਵੀ ਦੋ ਵੱਡੇ ਹਾਦਸੇ ਹੋਏ ਸੀਗੇ 2010 ਦੇ ਵਿੱਚ, 12 ਦੇ ਵਿੱਚ ਹਿਊਜ ਟ੍ਰੈਜਡੀਜ਼ ਹੋਈਆਂ, ਤੇ ਕਾਮਨ ਜਿਹੜਾ ਪੰਜਾਬੀ ਹੈ ਉਹ ਤਾਂ ਇਹ ਕਹਿੰਦਾ ਕਿ ਸਰਕਾਰਾਂ ਹੀ ਬਦਲੀਆਂ ਨੇ, ਹਾਲਾਤ ਨਹੀਂ, ਪਹਿਲਾਂ ਵੀ ਹੋ ਰਹੇ ਸੀ ਹੁਣ ਵੀ ਹੋ ਰਹੇ ਨੇ। ਤੁਸੀਂ ਗੱਲ ਹੈ ਸਰ ਜੀ, ਹਿਊਜ ਟ੍ਰੈਜਡੀ ਕਿਤੇ ਕਿਤੇ ਬਾਈ ਚਾਂਸ ਕਿਤੇ ਇੱਕ ਜਗ੍ਹਾ 'ਤੇ ਹੋ ਜਾਏ ਜਾਂ ਦੋ ਜਗ੍ਹਾ ਪੂਰੇ ਦੇਸ਼ 'ਚ ਹੋ ਜਾਏ, ਪਰ ਕਿਤੇ ਨਹੀਂ ਹੋਇਆ ਹੋਣਾ ਕਿ ਇਸ ਲੈਵਲ 'ਤੇ ਲੋਕ ਮਾਰੇ ਜਾਣ। ਨਾ ਉੱਥੇ ਮੰਤਰੀ ਹੈ, ਨਾ ਮੁੱਖ ਮੰਤਰੀ ਹੈ, ਨਾ ਚੀਫ ਮਿਨਿਸਟਰ ਹੈ, ਨਾ ਨਾ ਆਪਣਾ ਕੋਈ ਉਹਨਾਂ ਦਾ DGP ਆਏ, ਨਾ ਇਸ ਵਾਰੀ ਕਵਰ ਅਪ ਓਪਰੇਸ਼ਨ ਚੱਲਦਾ ਹੋਏ, ਜਿਹੜੇ ਲੋਕ ਮਾਰੇ ਜਾਣ ਉਹਨਾਂ ਦਾ ਪੋਸਟਮਾਰਟਮ ਨਾ ਕਰਾਉਣ ਦਿੱਤਾ ਗਿਆ ਹੋਏ। ਤੁਸੀਂ ਦੇਖਿਓ ਸਾਰੇ ਲੋਕਲ ਪਰਿਵਾਰ ਗਿਆ, ਪੋਸਟਮਾਰਟਮ ਨਹੀਂ ਪੁਲਿਸ ਕਰ ਰਹੀ ਸੀ, ਕਿਉਂ? ਪੋਸਟਮਾਰਟਮ 'ਚ ਲਿਖਣਾ ਪੈਣਾ ਸੀ ਸ਼ਰਾਬ ਕਰਕੇ ਮਰਿਆ। ਉਹ ਪਰਿਵਾਰਾਂ ਨੂੰ ਪੁਲਿਸ ਵਾਲੇ ਕਹਿ ਰਹੇ ਸੀ ਕਿ ਤੁਸੀਂ ਹਾਰਟ ਅਟੈਕ ਹੋ ਮਰੇ ਗਏ, ਹਾਰਟ ਅਟੈਕ ਨਾਲ। ਆ ਤਾਂ ਪੁਲਿਸ ਮਸ਼ੀਨਰੀ ਲੱਗੀ ਹੈ, ਆ ਤਾਂ ਮਸ਼ੀਨਰੀ ਪੁਲਿਸ ਮਸ਼ੀਨਰੀ ਲੱਗੀ ਹੈ ਆ ਜਿਹੜੀ ਸਾਰਾ ਕੁਝ ਕਵਰ ਅਪ ਕਰਨ ਨੂੰ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਮੈਂ ਦੇਖ ਰਿਹਾ ਸੀਗਾ, ਉਹਨਾਂ ਨੇ ਖਾਸ ਤੌਰ ਤੇ ਤੁਹਾਡੇ ਤੇ ਕਟਾਕਸ਼ ਕੀਤਾ। ਉਹਨਾਂ ਨੇ ਕਿਹਾ ਕਿ ਸੁਖਬੀਰ ਜਿਹੜੀ ਹੈਗੀ ਹੈ ਪੋਲੀਟਿਕਸ ਨਹੀਂ ਕਰਨੀ ਚਾਹੀਦੀ ਇਸ ਮੌਕੇ ਤੇ, ਕਿਉਂਕਿ ਬਹੁਤ ਵੱਡੀ ਟ੍ਰੈਜਡੀ ਹੋਈ ਹੈ ਤੇ ਉਹ ਕਰ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੁਹਾਡੇ ਵੇਲੇ ਇਹ ਇੰਸੀਡੈਂਟ ਹੋਏ ਸੀਗੇ ਉਸ ਟਾਈਮ ਨਾ ਤਾਂ FIR ਦਰਜ ਕੀਤੀ ਗਈ, ਨਾ ਹੀ ਕੋਈ ਕਾਰਵਾਈ ਕੀਤੀ ਗਈ ਜਿਹੜੇ ਅਕਿਊਜ਼ ਸੀਗੇ। ਤੁਸੀਂ ਇਹਦੇ ਬਾਰੇ ਕੀ ਕਹੋ? ਤੁਸੀਂ ਐਕਚੁਲੀ ਨਾ, ਤੁਸੀਂ ਕੈਪਟਨ ਸਾਹਿਬ ਦਾ ਕੋਈ ਬਿਆਨ ਦੇਖੋ, ਕੈਪਟਨ ਸਾਹਿਬ ਨੂੰ ਝੂਠ ਬੋਲਣ ਦੀ ਬੜੀ ਆਦਤ ਹੈ। ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਪਹਿਲੇ ਮੈਨੂੰ ਇੰਨਾ ਹੀ ਦੱਸ ਦਿਓ ਕਿਹੜੀ ਜਗ੍ਹਾ 'ਤੇ ਟ੍ਰੈਜਡੀ ਹੋਈ ਸੀ, ਕਿਹੜੇ ਡਿਸਟ੍ਰਿਕਟ 'ਚ ਹੋਈ ਸੀ, ਕਿੰਨੇ ਬੰਦੇ ਮਾਰੇ ਗਏ ਸੀ, ਉਹਨੇ ਨਾਂ ਦੱਸਿਆ? ਉਹਨਾਂ ਨੇ ਖਾਸ ਤੌਰ 'ਤੇ ਬਟਾਲਾ ਦਾ ਨਾਂ ਲਿਆ। ਨਹੀਂ ਨਹੀਂ, ਬਟਾਲਾ ਉਹਨੇ ਨਾਂ ਦੱਸਿਆ ਕਿ ਕਿਹੜਾ ਕਿਹੜੀ ਜਗ੍ਹਾ? ਮੇਰੀ ਬੇਸਿਕਲੀ ਗੱਲ ਕੀ ਹੈ, ਮੂੰਹ ਇੱਕਦਮ ਹੀ ਬੋਲ ਪੈਂਦੇ ਆ, ਆਪਣੀ ਕਮੀ ਕਮਜ਼ੋਰ ਕਰਨ ਵਾਸਤੇ ਇੱਕਦਮ ਬੋਲ ਪੈਂਦੇ ਆ। ਫੈਕਟ ਦੱਸਣ, ਫੈਕਟ ਦੱਸਣ, ਉੱਥੇ ਜਿਹੜੇ ਕੀਤੇ ਗਏ ਸੀ ਬੰਦੇ ਫੜੇ ਗਏ ਸੀ, ਨਹੀਂ ਫੜੇ ਗਏ ਸੀ, ਕੀ ਐਕਸ਼ਨ ਲਿੱਤਾ ਗਿਆ ਸੀ, ਇਕੱਲਾ ਝੂਠ ਉਹਨਾਂ ਨੇ ਆਇਆ। ਤਾਂ ਜੇ ਕੁਛ ਕੋਈ ਵੀ ਗੱਲ ਕਰੋ, ਉਹਨਾਂ ਨੇ ਆਪਣੇ ਆਪ ਕਹਿਣਾ ਕਿ ਇਹਨਾਂ ਅਕਾਲੀਆਂ ਦਾ ਟਾਈਮ ਹੋਇਆ ਸੀ। ਸੰਪਤ ਦੇਣਾ ਐਗਜੈਕਟ ਦਿਨ, ਕਿਹੜੇ ਥਾਣੇ 'ਚ, ਕਿਹੜੇ ਥਾਣੇ 'ਚ FIR ਨੰਬਰ ਕੀ ਸੀ ਜਾਂ ਕੀ ਹੈ, ਐਵੇਂ ਕਿਹੜਾ ਕਿ ਇੱਥੇ ਹੋ ਗਿਆ ਜੀ, ਇੱਥੇ ਹੋ ਗਿਆ। ਨਹੀਂ, ਉਹਨਾਂ ਨੇ ਕਿਹਾ ਕਿ ਬਟਾਲੇ ਦੇ ਵਿੱਚ ਜਿਹੜਾ ਹੋਇਆ ਸੀਗਾ ਇੰਸੀਡੈਂਟ, ਉਹਦੇ 'ਚ FIR ਨਹੀਂ ਹੋਈ ਕੋਈ ਐਕਸੀਡੈਂਟ, ਕਿਉਂ? 2010 ਤੇ 12 ਦੀ ਗੱਲ ਕਰ ਰਹੇ ਨੇ ਕਿ 2010 ਕਿਹੜਾ ਮਹੀਨਾ, ਕਿੰਨੇ ਬੰਦੇ ਮਰ ਗਏ, ਕੋਈ ਦੱਸਿਆ ਉਹਨਾਂ ਨੇ? ਉਹਨੂੰ ਕਹਿੰਦਾ ਨਾ ਤਾਂ ਦੱਸੋ ਕਿਹੜੇ ਮਹੀਨੇ, ਕਿਹੜੇ ਥਾਣੇ 'ਚ ਕਿੰਨੇ ਲੋਕ ਮਰੇ ਗਏ। ਨਹੀਂ, ਉਹ ਜਿਹੜੇ ਆਪਾਂ ਇਲੀਗਲ ਸ਼ਰਾਬ ਦੀ ਗੱਲ ਕਰ ਰਹੇ ਹੈਗੇ, ਜਿਹੜੇ ਉਹ ਹਾਦਸੇ ਹੋਏ ਸੀਗੇ ਤੁਹਾਡੇ ਵੇਲੇ, ਕੀ ਮੈਂ ਕਾਰਵਾਈ ਕੀਤੀ, ਕੀ ਉਸ ਵੇਲੇ ਕਾਰਵਾਈ ਕੀਤੀ? ਪਹਿਲੇ ਮੈਂ ਪੁੱਛਣਾ ਚਾਹੁੰਦਾ ਹੈ ਤੁਹਾਡੇ ਜਨ, ਮੈਨੂੰ ਦੱਸ ਤਾਂ ਦੇਣ ਕਿਹੜੇ ਮਹੀਨੇ ਹੋਇਆ ਸੀ, ਐਂ ਕਹਿਣਾ ਕਿ ਤੁਹਾਡੇ ਸਾਲ 'ਚ ਆਹ ਹੋਇਆ ਜੀ। ਗਵਰਨਮੈਂਟ ਆਫ ਪੰਜਾਬ ਜਿਹਨੇ ਲਿਕਰ ਮਾਫੀਆ ਨੂੰ ਪੇਟਨਾਈਜ਼ ਕਰ ਰਹੀ ਹੈ, ਐਂਡ ਇਹਦੇ 'ਚ ਕਾਂਗਰਸ ਗਵਰਨਮੈਂਟ ਨੇ ਖੁੱਲ੍ਹੀ ਛੁੱਟੀ ਦੇ ਦਿੱਤੀ ਆਪਣੇ MLA ਨੂੰ, ਜਿੰਨਾ ਹਰਿਆਣੇ ਦੀ ਸ਼ਰਾਬ ਸਾਰੀ ਪੰਜਾਬ ਸਮਗਲ ਹੋ ਰਹੀ ਹੈ। 10 ਦਿਨ ਪਹਿਲੇ ਹੀ ਜੰਡਿਆਲੇ ਗੁਰੂ ਜੀ
ਐਕਸਾਈਜ਼ ਡਿਪਾਰਟਮੈਂਟ ਦੇ ਕਈ ਅਫਸਰਸ ਨੇ ਰੇਡ ਮਾਰੀ ਇਲਿਸਿਟ ਲਿਕਰ ਫੜਨ ਵਾਸਤੇ, ਅਤੇ ਉੱਥੋਂ ਦੇ ਕਾਂਗਰਸ ਦੇ ਐਮ ਐਲ ਏ ਡੈਨੀ ਨੇ ਉਹਨਾਂ ਅਫਸਰਾਂ 'ਤੇ ਹੀ ਪਰਚਾ ਕਰਾ ਦਿੱਤਾ ਅਤੇ ਉਹਦੇ ਬਾਅਦ ਉਹਨੇ ਬਿਆਨ ਦਿੱਤਾ ਅਤੇ ਆਪਣਾ ਟੀ ਵੀ ਅਖਬਾਰਾਂ 'ਚ ਵੀ ਆਇਆ, ਫੋਟੋ ਵੀ ਦਿਖਾਈ ਕਿ ਮੇਰੇ ਹਲਕੇ 'ਚ ਕੋਈ ਐਕਸਾਈਜ਼ ਵਾਲਾ ਨਹੀਂ ਜਾ ਸਕਦਾ। ਜੇ ਤੁਸੀਂ ਅਫਸਰ ਨੂੰ ਡਰਾ ਕੇ ਪੁਲਿਸ ਰਾਹੀਂ ਇਲਿਸਿਟ ਲਿਕਰ ਕਰਾਓਗੇ ਤਾਂ ਫਿਰ ਜ਼ਿੰਮੇਵਾਰੀ ਕਿਹਦੀ ਹੈ? ਕਾਂਗਰਸ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਆ। ਪਹਿਲੀ ਵਾਰ ਤੁਸੀਂ ਪੰਜਾਬ ਦਾ ਰਿਕਾਰਡ ਦੇਖ ਲਓ, ਐਕਸਾਈਜ਼ ਰੈਵਨਿਊ ਦਾ ਹਿਸਾਬ ਦੇਖ ਲਓ, ਕਿਉਂਕਿ ਕੰਪਲੀਟਲੀ ਰਿਲੇਟਡ ਹੈ। ਪਿਛਲੇ 3 ਸਾਲਾਂ 'ਚ 5600 ਕਰੋੜ ਰੁਪਈਆ ਡਾਊਨ ਹੋ ਗਈ ਐਕਸਾਈਜ਼, ਨਹੀਂ ਤਾਂ ਹਰ ਸਾਲ ਐਕਸਾਈਜ਼ ਉੱਤੇ ਜਾਂਦੀ ਹੈ। ਨਾਲ ਦੀ ਨੇਬਰਿੰਗ ਸਟੇਟ ਦੇਖ ਲਓ, 15-20% ਗਰੋਥ ਹੈ, ਹਰ ਸਟੇਟ ਗਰੋਥ ਹੈ, ਇਕੱਲੀ ਪੰਜਾਬ 'ਚ ਹੈ ਜਿੱਥੇ ਡਾਊਨ ਜਾ ਰਹੀ ਹੈ। ਕਿਉਂ? ਕਿਉਂਕਿ ਲੋਕਾਂ ਨੂੰ ਲੋੜ ਹੀ ਨਹੀਂ ਦੂਜੀ ਲੀਗਲ ਸ਼ਰਾਬ ਖਰੀਦਣ ਦੀ, ਕਿਉਂ ਇਲੀਗਲੀ ਨਹੀਂ ਅਵੇਲੇਬਲ ਹੈ। ਅਤੇ ਪੁਲਿਸ ਦੀ ਸਾਰੀ ਪ੍ਰੋਟੈਕਸ਼ਨ ਹੈ। ਕੱਲ੍ਹ ਵੀ ਜਦੋਂ ਮੈਂ ਉਸ ਪਿੰਡਾਂ 'ਚ ਗਿਆ, ਮੈਨੂੰ ਕਈ ਪੁਲਿਸ ਅਫਸਰ ਮੈਨੂੰ ਸਾਈਡ 'ਤੇ ਜਾ ਕੇ ਮੈਨੂੰ ਦੱਸਿਆ, ਹੁਣ ਕਹਿ ਰਹੇ ਸੀ ਕਿ ਅਸੀਂ ਕੀ ਕਰੀਏ, ਸਾਡੇ ਉੱਤੇ ਪ੍ਰੈਸ਼ਰ ਹੀ ਬਹੁਤ ਹੈ। ਅੱਜ ਮੈਂ ਸਹੀ ਕਹਿਣਾ ਚਾਹੁੰਦਾ, ਆ 90 ਜਾਨਾਂ ਦੀ ਜ਼ਿੰਮੇਵਾਰੀ ਮੁੱਖ ਮੰਤਰੀ 'ਤੇ ਜਾਂਦੀ ਹੈ, ਕਿਉਂਕਿ ਉਹ ਮਿਨਿਸਟਰ ਹੈ, ਉਹ ਦੱਸਦੇ ਗਿਆ, ਉਹਨਾਂ ਦੀ ਸਰਕਾਰ ਹੈ। ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਹੈਗੀ ਹੈ, ਤੁਸੀਂ ਉਹਦੇ ਨਾਲ ਸੰਤੁਸ਼ਟ ਹੋ? ਮੈਜਿਸਟਰੀਅਲ ਇਨਕੁਆਇਰੀ ਜਾਂ ਕਮਿਸ਼ਨਰ ਇਨਕੁਆਇਰੀ ਆਰਡਰ ਕੀਤੀ ਗਈ ਹੈ, ਉਸ ਤੋਂ ਬਾਅਦ ਅਫਸਰ ਸਸਪੈਂਡ ਕੀਤੇ ਗਏ ਨੇ ਐਕਸਾਈਜ਼ ਦੇ ਅਤੇ ਪੁਲਿਸ ਦੇ, ਕੀ ਤੁਸੀਂ ਇਹਦੇ ਨਾਲ ਸੰਤੁਸ਼ਟ ਹੈਗੇ ਹੋ? 90 ਲੋਕਾਂ ਦੀ ਜਾਨਾਂ ਜਾਣ 'ਤੇ ਇਕੱਲੇ ਸਸਪੈਂਡ ਹੋਣ? ਸਸਪੈਂਡ ਦਾ ਮਤਲਬ ਕੀ ਹੈ ਕਿ ਤੁਸੀਂ 10 ਦਿਨ ਵਾਸਤੇ ਘਰੇ ਛੁੱਟੀ ਕਰੋ, ਜਦੋਂ ਵਾਪਸ ਆ ਜਾਓਗੇ ਤਨਖਾਹ ਵੀ ਪੂਰੀ ਮਿਲ ਜੂਗੀ, ਸਾਰੀ ਸਹੂਲਤਾਂ ਵਾਪਸ ਮਿਲ ਜਾਣਗੀਆਂ। ਸਸਪੈਂਸ਼ਨ ਕੀ ਹੈ? ਜੇ ਸੀਰੀਅਸ ਆ ਉਹਨਾਂ ਨੂੰ ਡਿਸਮਿਸ ਨੌਕਰੀ ਤੋਂ ਕਿਉਂ ਨਹੀਂ ਕਰਦੇ? ਮੈਜਿਸਟਰੀ ਇਨਕੁਆਇਰੀ ਦਾ ਮਤਲਬ ਕੀ ਸੀ ਕਿ ਸਾਰਿਆਂ ਨੂੰ ਕਲੀਨ ਚਿੱਟ ਦੇਤੀ, ਆਹ ਵੀ ਕਲੀਨ ਚਿੱਟ ਦੇਣ ਵਾਸਤੇ ਹੈ। ਤਾਂ ਇਸ ਕਰਕੇ ਜੇ ਇਹਨਾਂ ਨੇ ਇੰਡੀਪੈਂਡੈਂਟ ਸੀਬੀਆਈ ਦੀ ਇਨਕੁਆਇਰੀ ਨਾ ਕੀਤੀ, ਜੇ ਕਾਂਗਰਸ ਦੇ ਐਮ ਐਲ ਏ ਦੇ ਖਿਲਾਫ ਕੇਸ ਨਹੀਂ ਕੀਤਾ, ਤਾਂ ਸ਼੍ਰੋਮਣੀ ਅਕਾਲੀ ਦਲ ਹਾਈਕੋਰਟ ਜਾਏਗਾ, ਹਾਈਕੋਰਟ ਤੋਂ ਸੀਬੀਆਈ ਦੀ ਇਨਕੁਆਇਰੀ ਮਾਕ ਰਹੇਗਾ।